जी असी अज आल पंजाब आंगनवाड़ी मुलाजम यूनियन की मीटिंग की है। 10 जिलों के मालवा जोन दिया वर्कर्स नूं बुलाया असी ते मंडे नूं असी जलंधर कट्ठे हो रहे हैं दुआबा ते माझा। असी पंजाब दी सरकार दे खिलाफ जिहड़ी साडी एजिटेशन चल रही सी, जिहड़ी सरकार बार बार मीटिंगां करके साडी एजिटेशन रोक दिंदी सी ते मसला साडा हल नहीं होया, असी उहनूं दुबारा अपना संघर्ष उलीक रहे हैं कि असी जनवरी दा जिहड़ा तीसरा हफ्ता हैगा ਉਹਦਾ ਉਹਨੂੰ ਅਸੀਂ ਚੰਡੀਗੜ੍ਹ ਧਰਨਾ ਲਾਵਾਂਗੇ, ਆਪਦਾ ਡਾਇਰੈਕਟੋਰੇਟ ਘੇਰਾਂਗੇ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ। ਅਤੇ ਜੇ ਫਿਰ ਵੀ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਫਰਵਰੀ ਦੇ ਵਿੱਚ ਦੀਨਾ ਨਗਰ ਜਿੱਥੇ ਸਾਡੇ ਮਿਨਿਸਟਰ ਦਾ ਘਰ ਹੈ ਸ਼੍ਰੀਮਤੀ ਅਰਨਾ ਚੌਧਰੀ ਦਾ, ਅਸੀਂ ਉਹਦੇ ਘਰ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ ਰੱਖਾਂਗੇ। ਅਤੇ ਸਾਡਾ ਇਹ ਸੰਘਰਸ਼ ਉਨੀ ਦੇਰ ਜਾਰੀ ਰਹੂਗਾ ਜਿੰਨੀ ਦੇਰ ਪੰਜਾਬ ਦੀ ਸਰਕਾਰ ਸਾਡੇ ਕੱਟੇ ਹੋਏ ਪੈਸੇ ਵਾਪਸ ਨਹੀਂ ਕਰਦੀ, ਕਿਉਂਕਿ ਇਹਨਾਂ ਨੇ 40% ਜਿਹੜਾ ਸੈਂਟਰ ਸਰਕਾਰ ਵੱਲੋਂ ਪੈਸਾ ਵਧਿਆ ਸੀ ਉਹਦੇ 'ਤੇ 40% ਕੱਟ ਲਾਇਆ। ਸਾਡੇ ਕੋਲੋਂ ਪੋਸ਼ਣ ਦਾ ਕੰਮ ਕਰਾ ਰਹੇ ਹੈਗੇ ਆ 1.5 ਸਾਲ ਤੋਂ, 500 ਰੁਪਇਆ ਵਰਕਰ ਦਾ, 250 ਰੁਪਇਆ ਹੈਲਪਰ ਦਾ ਬਣਦਾ, ਸਾਡਾ ਸਰਕਾਰ ਉਹ ਰੋਕ ਕੇ ਬੈਠੀ ਹੋਈ ਹੈ। ਅਸੀਂ PMNY ਦਾ ਜਿਹੜੀਆਂ ਗਰਭਵਤੀ ਔਰਤਾਂ ਉਹਨਾਂ ਲਈ ਕੰਮ ਕਰ ਰਹੀਆਂ ਹੈਗੀਆਂ ਪਿਛਲੇ 2 ਸਾਲਾਂ ਤੋਂ ਲਗਾਤਾਰ। ਪ੍ਰਤੀ ਔਰਤ ਜਿਹੜਾ ਸਾਡਾ 200 ਰੁਪਇਆ ਵਰਕਰ ਦਾ, 100 ਰੁਪਇਆ ਹੈਲਪਰ ਦਾ ਬਣਦਾ, ਸਰਕਾਰ ਸਾਨੂੰ ਉਹ ਪੈਸੇ ਨਹੀਂ ਦੇ ਰਹੀ।